ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੋਬਾਈਲ ਫੋਨ ਰੱਖਣ ਵਾਲੇ ਹੋ ਜਾਣ ਸਾਵਧਾਨ ਇਸ ਤਰ੍ਹਾਂ ਨਵੇਂ ਫੋਨ ਨੇ ਮਚਾਈ ਤਬਾਹੀ ਸੁਣ ਹਰ ਕੋਈ ਰਹਿ ਗਿਆ ਹੈਰਾਨ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤਸਵੀਰ ਸਭ ਤੋਂ ਪਹਿਲਾਂ ਉਸ ਨਵੇਂ ਫੋਨ ਦੀ ਦਿਖਾ ਦਿੰਦੇ ਹਾਂ ਜੀ ਇਹ ਉਹ ਨਵਾਂ ਫੋਨ ਆ ਜਿਸ ਨੇ ਤਬਾਹੀ ਮਚਾ ਦਿੱਤੀ ਹੈ ਹੁਣ ਮੋਬਾਈਲ ਫੋਨ ਰੱਖਣ ਵਾਲਿਆਂ ਦੇ ਲਈ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਹੁਣ ਮੋਬਾਈਲ ਫੋਨ ਕਾਰਨ ਤਬਾਹੀ ਮੱਚੀ ਆ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਘਲਾ ਸੱਗੋ ਦੇ ਰਹਿਣ ਵਾਲੇ ਐਂਡਰਿਓ ਗਰੇਜ਼ਰ ਦੇ ਨਾਲ ਵਾਪਰੀਆ ਵਿਅਕਤੀ ਦੇ ਵੱਲੋਂ Samsung ਦਾ ਇੱਕ ਨਵਾਂ ਫੋਨ ਖਰੀਦਿਆ ਗਿਆ ਇਸ ਵਿਅਕਤੀ ਵੱਲੋਂ ਖਰੀਦੇ ਗਏ Samsung Galaxy A2 ਦੇ ਕੁਝ ਦਿਨਾਂ ਬਾਅਦ ਹੀ ਫੋਨ ਗਰਮ ਹੋਣਾ ਮਹਿਸੂਸ ਹੋਇਆ ਤਾਂ ਇਸਨੇ ਮਾਮਲੇ ਨੂੰ ਗੰਭੀਰ ਨਹੀਂ ਲਿਆ ਫੋਨ ਨੂੰ ਉਸਦੇ ਘਰ ਵਿੱਚ ਭਿਆਨਕ ਅੱਗ ਲੱਗ ਗਈ ਜਿਸ ਦੇ ਕਾਰਨ ਉਸਦੇ ਘਰ ਦਾ ਸਾਰਾ ਕੁਝ ਸੜ ਕੇ ਸੁਆਹ ਹੋ ਗਿਆ ਅੱਗ ਤੇ ਕਾਬੂ ਪਾਉਣ ਦੇ ਲਈ ਗਵਾਂੜੀਆਂ ਵੱਲੋਂ ਫਾਇਰ ਸਰਵਿਸ ਨੂੰ ਬੁਲਾਇਆ ਗਿਆ ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦੋਂ 35 ਸਾਲਾ ਐਟਰੀਓ ਆਪਣੇ ਘਰ ਦੇ ਵਿੱਚ ਫੋਨ ਦੀ ਵਰਤੋਂ ਕੀਤੀ ਜਾ ਰਹੀ ਸੀ ਅਚਾਨਕ ਉਸਦੇ ਫੋਨ ਨੂੰ ਬਦੇਰੇ ਗਰਮ ਹੋਣ ਦਾ ਅਹसास ਹੋਇਆ ਤਾਂ ਉਸਦੇ ਹੱਥਾਂ ਦੇ ਵਿੱਚ ਜਲਨ ਹੋਣੀ ਸ਼ੁਰੂ ਹੋ ਗਈ ਉਸਦੇ ਵੱਲੋਂ ਮੋਬਾਈਲ ਫੋਨ ਨੂੰ ਫਰਸ਼ ਤੇ ਸੁੱਟ ਦਿੱਤਾ ਗਿਆ ਉੱਤੇ ਹੀ ਫੋਨ ਨੂੰ ਡਿੱਗਦੇ ਸਮੇਂ ਚੰਗਿਆੜੀ ਨਿਕਲੀ ਤੇ ਪੜਦਿਆਂ ਨੂੰ ਅੱਗ ਲੱਗ ਗਈ ਜ਼ਮੀਨ ਤੇ ਡਿੱਗਦੇ ਸਾਰੇ ਹੀ ਫੋਨ ਦੇ ਵਿੱਚ ਇੱਕ ਵੱਡਾ ਜ਼ੋਰਦਾਰ ਧਮਾਕਾ ਹੋਇਆ ਜਿਸ ਤੇ ਕਰਕੇ ਉਸਦੇ ਸਾਰੇ ਘਰ ਵਿੱਚ ਅੱਗ ਫੈਲ ਗਈ ਇੱਕ ਫੋਨ ਦੇ ਕਾਰਨ ਉਸ ਵਿਅਕਤੀ ਦਾ ਭਾਰੀ ਨੁਕਸਾਨ ਹੋਇਆ ਦੋਸਤੋ ਜੇਕਰ ਤੁਸੀਂ ਵੀ ਅਦੇਹੀਆਂ ਕੰਪਨੀਆਂ ਦਾ ਫੋਨ ਲੈ ਰਹੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕੰਪਨੀ ਦਾ ਨਾਮ ਜ਼ਰੂਰ ਲਿਖੋ ਕਿਉਂਕਿ ਤੁਹਾਡੇ ਫੋਨ ਦਾ ਵੀ ਹਾਲ ਇਸ ਤਰ੍ਹਾਂ ਦਾ ਨਾ ਹੋ ਜਾਵੇ ਤਸਵੀਰ ਤੁਹਾਡੇ ਬਿਲਕੁਲ ਸਾਹਮਣੇ ਹੈ ਫੋਨ ਦੇ ਕਰਕੇ ਜਿਹੜਾ ਹਾਦਸਾ ਵਾਪਰਿਆ ਹੈ ਕਿਹੜੀ ਕੰਪਨੀ ਦਾ ਤੁਸੀਂ ਅੱਜਕੱਲ੍ਹ ਫੋਨ ਯੂਜ਼ ਕਰਦੇ ਹੋ ਉਸ ਦਾ ਨਾਮ ਕਮੈਂਟ ਸੈਕਸ਼ਨ ਚ ਸਰੋਤੇ ਵੀਰੋ ਲਿਖ ਸਕਦੇ ਹੋ ਧੰਨਵਾਦ